ਵੱਡੀ ਸਫਲਤਾ ਮਿਲੀ ਆ ਕਿਉਂਕਿ ਜਿਹੜਾ ਮੇਨ ਕੜੀ ਹੁੰਦੀ ਆ ਮੇਨ ਸਸਪੈਕਟ ਹੁੰਦਾ ਉਹੀ ਤੁਸੀਂ ਗ੍ਰਿਫਤਾਰ ਕੀਤਾ ਗਿਆ ਕਿਵੇਂ ਗ੍ਰਿਫਤਾਰੀ ਹੁੰਦੀ ਆ ਉਹਦੀ ਕਿਵੇਂ ਪਤਾ ਲੱਗਦਾ ਇਸ ਦੇ ਵਿੱਚ ਬਾਅਦ ਚੋਂ 3 ਹੀ ਕੈਟਾਗਰੀ ਗੈਂਗਸਟਰਸ ਨਾਮਜ਼ਦ ਕੀਤੇ ਗਏ ਟੋਟਲ 24 ਅਸਲੇ ਜਿਹੜੇ ਨਜਾਇਜ਼ ਇਹਨਾਂ ਕੋਲ ਬਰਾਮਦ ਕੀਤੇ ਗਏ ਆ ਲੈ ਕੇ ਆਉਂਦੇ ਸੀ ਸਾਰਾ ਅਸਲਾ ਇਹ ਯੂਪੀ ਦੀ ਪ੍ਰੋਡਕਸ਼ਨ ਸੀ ਔਰ ਯੂਪੀ ਦਾ ਜਿਹੜਾ ਮੇਨ ਮੋਡਿਊਲ ਹੈ ਜਿਹੜਾ ਪੰਜਾਬ ਔਰ ਹਰਿਆਣਾ ਦੇ ਅਸਲਾ ਸਪਲਾਈ ਕਰਨ ਵਾਲਾ ਉਹ ਬਸਟ ਹੋ ਗਿਆ ਕਿਉਂਕਿ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹਨਾਂ ਦੇ ਵੱਲੋਂ ਤਾਂ ਉਹ ਵਾਰਦਾਤ ਵੀ ਜਿਹੜੀ ਪੁਲਿਸ ਦੇ ਆਪਰੇਸ਼ਨ ਤੋਂ ਕਰਕੇ ਜਿਹੜੀ ਰੁਕ ਗਈ ਆ ਤਾਂ ਮੋਹਾਲੀ ਪੁਲਿਸ ਨੂੰ ਇਸ ਵਕਤ ਬੇਹੱਦ ਵੱਡੀ ਸਫਲਤਾ ਹਾਸਲ ਹੋਈ ਆ ਕਿਉਂਕਿ ਜਿਹੜੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਗਰੋਹ ਆ ਉਹੀ ਕਾਬੂ ਕਰ ਲਿੱਤਾ ਗਿਆ ਤਾਂ ਸਾਡੇ ਨਾਲ DSP ਗੁਰਸ਼ੇਰ ਸਿੰਘ ਮੌਜੂਦ ਨੇ ਸਰ ਵੱਡੀ ਸਫਲਤਾ ਮਿਲੀ ਆ ਕਿਉਂਕਿ ਜਿਹੜਾ ਮੇਨ ਕੜੀ ਹੁੰਦੀ ਆ ਮੇਨ ਸਸਪੈਕਟ ਹੁੰਦਾ ਉਹੀ ਤੁਸੀਂ ਗ੍ਰਿਫਤਾਰ ਕੀਤਾ ਗਿਆ ਕਿਵੇਂ ਗ੍ਰਿਫਤਾਰੀ ਹੁੰਦੀ ਆ ਉਹਦੀ ਕਿਵੇਂ ਪਤਾ ਲੱਗਦਾ ਸਾਡੇ ਇੱਕ ਫਾਇਰਿੰਗ ਕੇਸ ਹੋਇਆ ਝਾਂਪੁਰ ਵਿੱਚ ਉਹਦੇ ਵਿੱਚ ਇਹਦਾ ਨਾਮ ਵਿੱਕੀ ਠਾਕੁਰ ਦਾ ਆਇਆ ਸੀਗਾ ਔਰ ਇਹਨੂੰ CIA ਟੀਮ ਨੇ ਮੇਰਠ ਤੋਂ ਗ੍ਰਿਫਤਾਰ ਕੀਤਾ ਹੈ ਔਰ ਇਸ ਦੇ ਵਿੱਚ ਬਾਅਦ ਚੋਂ 3 ਹੀ ਕੈਟਾਗਰੀ ਗੈਂਗਸਟਰਸ ਨਾਮਜ਼ਦ ਕੀਤੇ ਗਏ ਟੋਟਲ 24 ਅਸਲੇ ਜਿਹੜੇ ਨਜਾਇਜ਼ ਇਹਨਾਂ ਕੋਲ ਬਰਾਮਦ ਕੀਤੇ ਗਏ ਆ ਔਰ CIA ਟੀਮ ਖਰੜ ਵਧਾਈ ਦੀ ਪਾਤਰ ਹੈ ਔਰ ਸਾਰੀ ਟੀਮ ਨੇ ਇੱਕ ਮਹੀਨਾ ਅਣਥੱਕ ਮਿਹਨਤ ਕਰਕੇ ਇਸ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਕਿੱਥੋਂ ਲੈ ਕੇ ਆਉਂਦੇ ਸੀ ਸਾਰਾ ਅਸਲਾ ਇਹ ਯੂਪੀ ਦੀ ਪ੍ਰੋਡਕਸ਼ਨ ਸੀ ਔਰ ਯੂਪੀ ਦਾ ਜਿਹੜਾ ਮੇਨ ਮੋਡਿਊਲ ਹੈ ਜਿਹੜਾ ਪੰਜਾਬ ਔਰ ਹਰਿਆਣਾ ਦੇ ਅਸਲਾ ਸਪਲਾਈ ਕਰਨ ਵਾਲਾ ਉਹ ਬਸਟ ਹੋ ਗਿਆ ਔਰ ਇਹਦੇ ਨਾਲ ਜਿਹੜਾ ਪੰਜਾਬ ਦੇ ਗੈਂਗਸਟਰਸ ਨੂੰ ਬਹੁਤ ਵੱਡੀ ਸੱਟ ਵੱਜੀ ਆ ਫਿਊਚਰ ਦੇ ਵਿੱਚ ਵੀ ਜਿਹੜਾ ਇਲੀਗਲ ਵੈਪਨਸ ਔਰ ਕ੍ਰਿਮੀਨਲਸ ਤੇ ਜਿਹੜੀ ਆ ਕਾਰਵਾਈ ਚੱਲਦੀ ਰਹੇਗੀ ਪਿੱਛੇ ਸਪੋਰਟ ਕੌਣ ਕਰ ਰਿਹਾ ਸੀ ਇਹਨਾਂ ਨੂੰ ਕੁਝ ਪਤਾ ਲੱਗੇ ਨਹੀਂ ਜੀ ਆਪ ਹੀ ਮੇਨ ਸੀ ਜਿਹੜਾ ਗ੍ਰਿਫਤਾਰ ਕੀਤਾ ਇਹ ਮੇਨ ਗੈਂਗ ਰਨਿੰਗ ਕਰ ਰਿਹਾ ਸੀ ਭਾਗੋ ਮਾਜਰੇ ਵਾਲੇ ਕੇਸ ਦਾ ਵੀ ਅੱਜ ਖੁਲਾਸਾ ਹੋਇਆ ਹੈਗਾ ਜੀ ਉਹ ਕੇਸ ਦੀ ਕਿ ਜਿਹੜੇ ਸਸਪੈਕਟ ਪਕੜੇ ਗਏ ਨੇ ਉਹ ਕਿਵੇਂ ਜਿਹੜੇ ਦੋ ਮੇਨ ਅਕਿਊਜ਼ਡ ਉਹ ਗ੍ਰਿਫਤਾਰ ਕਰ ਲਏ ਔਰ ਉਹਨਾਂ ਪਾਸੋਂ ਜਿਹੜਾ ਉੱਥੇ ਵਾਰ ਦਾ ਚਸਲਾ ਯੂਜ਼ ਕੀਤਾ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਔਰ ਇਹਨਾਂ ਦੀ ਆਪਸੀ ਰੰਜਿਸ਼ ਸੀਗੀ ਜਿਹੜੀ ਨਵੰਬਰ ਮਹੀਨੇ 'ਚ ਕੋਈ ਲੜਾਈ ਸੀਗੀ ਔਰ ਇਹ ਕੇਸ ਸੋਲਵ ਹੋ ਗਿਆ ਤਾਂ CIA ਖਰੜ ਤੋਂ ਵੀ ਸਾਡੇ ਨਾਲ ਸੱਚ ਮੌਜੂਦ ਨੇ ਸਰ ਦੇਖੋ ਸਾਰਾ ਜਿਹੜਾ ਇਹ ਅਸਲਾ ਸਪਲਾਇਰ ਨੂੰ ਬਸਟ ਕਰਨਾ ਇੱਕ ਬੜੀ ਵੱਡੀ ਕਾਮਯਾਬੀ ਹੈ ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ ਹੈ ਬੜੀ ਤਾਂ ਇਸ ਨੂੰ ਅਸੀਂ ਵੱਡੀ ਕਾਮਯਾਬੀ ਮੰਨਦੇ ਹਾਂ ਔਰ ਇਹਦੇ ਵਿੱਚ ਜਿਹੜੀ ਹੈ ਗੈਂਗਸਟਰ ਨੂੰ ਵੀ ਠਲ ਪਏ ਅਸਲ ਰਿਮਾਂਡ ਵੀ ਲਿੱਤਾ ਜਾ ਰਿਹਾ ਬਿਲਕੁਲ ਜੀ ਰਿਮਾਂਡ ਲਿਆ ਜਾ ਰਿਹਾ ਜੀ ਮੈਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਨੂੰ ਨਾਲ ਦਾ ਦਿਖਾ ਰਹੇ ਹਾਂ ਜਿਹੜੇ ਅਕਿਊਜ਼ਡ ਵੀ ਨੇ ਉਹ ਤਾਂ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਜਿੰਨੇ ਵੀ ਪੰਜਾਬ ਦੇ ਵਿੱਚ ਗੱਲ ਕਰੀਏ ਜਾਂ ਕਿਤੇ ਹੋਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਰਮਣ ਦਿਖਾਓ ਇੱਕ ਵਾਰ ਤਾਂ CIA ਖਰੜ ਸਟਾਫ ਦੇ ਵੱਲੋਂ ਜਿਹੜਾ ਇੱਕ ਆਪਰੇਸ਼ਨ ਕੀਤਾ ਗਿਆ ਅਤੇ DSP ਗੁਰਸ਼ੇਰ ਸਿੰਘ ਅਤੇ SSP ਦੇ ਵੱਲੋਂ ਵੀ ਜਿਹੜੀ ਜਾਣਕਾਰੀ ਮੀਡੀਆ ਤੱਕ ਇਹ ਸਾਂਝੀ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਸ ਵਕਤ ਮੋਹਾਲੀ ਤੋਂ ਤਾਂ ਪੁਲਿਸ ਰਿਮਾਂਡ ਹੁਣ ਲੈ ਰਹੀ ਹੈ ਅੱਗੇ ਜਿਹੜੀ ਪੁੱਛਗਿੱਛ ਹੋਰ ਹੋਵੇਗੀ ਇਹਨਾਂ ਤੋਂ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਕਿ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹਨਾਂ ਦੇ ਵੱਲੋਂ ਤਾਂ ਉਹ ਵਾਰਦਾਤ ਵੀ ਜਿਹੜੀ ਪੁਲਿਸ ਦੇ ਆਪਰੇਸ਼ਨ ਤੋਂ ਕਰਕੇ ਜਿਹੜੀ ਰੁਕ ਗਈ ਆ ਪੰਜਾਬ ਦੇ ਵਿੱਚ ਜਿਹੜਾ ਖਤਰਾ ਸੀਗਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੋ ਸਕਦੀ ਸੀ ਤਾਂ ਉਹ ਟਲ ਚੁੱਕੀ ਹੈ ਤਾਂ ਮੋਹਾਲੀ ਪੁਲਿਸ ਲਗਾਤਾਰ ਜਿਹੜੀ ਗੈਂਗਸਟਰਾਂ ਨੂੰ ਨੱਥ ਪਾ ਰਹੀ ਹੈ ਲਗਾਤਾਰ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਜਿੰਨੇ ਵੀ ਅਕਿਊਜ਼ਡ ਗੈਂਗਸਟਰ ਪਕੜੇ ਗਏ ਨੇ ਮੋਹਾਲੀ ਪੁਲਿਸ ਦੇ ਵੱਲੋਂ ਤਾਂ ਅੱਜ ਵੱਡੀ ਸਫਲਤਾ ਮੋਹਾਲੀ ਪੁਲਿਸ ਨੂੰ ਜਿਹੜੀ ਮਿਲੀ ਆ ਕਿਉਂਕਿ ਜਿਹੜਾ ਹਥਿਆਰ ਸਪਲਾਈ ਕਰਦਾ ਸੀਗਾ ਜਿੰਨੇ ਵੀ ਗੈਂਗਸਟਰ ਸੀਗੇ ਗੈਂਗਵਾਰ ਤਾਂ ਉਸ ਨੂੰ ਹੀ ਗ੍ਰਿਫਤਾਰ ਪੁਲਿਸ ਨੇ ਇੱਕ ਆਪਰੇਸ਼ਨ ਦੇ ਦੌਰਾਨ ਕਰ ਲਿਆ ਅਤੇ ਕੜੀ ਮੁਸ਼ਕਤ ਤੋਂ ਬਾਅਦ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਦੂਸਰੀ ਵੱਡੀ ਖਬਰ ਇਹ ਵੀ ਆ ਕਿ ਜਿਹੜਾ ਭਾਗੋ ਮਾਜਰਾ CU ਦੇ ਵਿੱਚ ਕਤਲ ਹੁੰਦਾ ਨੌਜਵਾਨਾਂ ਦਾ ਸਟੂਡੈਂਟ ਦਾ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਆ ਤਾਂ ਮੈਂ ਮੇਰੇ ਸਹਿਯੋਗੀ ਕੈਮਰਾ ਪਰਸਨ ਅਮਨਦੀਪ ਸਿੰਘ ਦੇ ਨਾਲ ਲਿਵ ਆਉਣ ਰਾਜ ਸਿੰਘ ਭੁੱਲਰ ਮੋਹਾਲੀ।